ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਜੀ। ਵੈਲਕਮ ਟੂ ਫਾਰਮਿੰਗ ਜ਼ੋਨ ਯੂਟਿਊਬ ਚੈਨਲ ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਅੱਜ ਸੁਬਾਹ ਦਾ ਟਾਈਮ ਆ ਜੀ, ਮਰੱਬੇ ਆਏ ਹਾਂ ਹਵਾ ਚੱਲਣ ਲਈ। ਜਿੱਦਾਂ ਤੁਸੀਂ ਰਾਤੀ ਦੇਖਿਆ ਸੀਗਾ ਵਲੋਗ ਦੇ ਵਿੱਚ, ਪਾਣੀ ਲਾਉਣ ਆਏ ਸੀਗੇ, ਉਦੋਂ ਵੀ ਹਵਾ ਕਾਫੀ ਤੇਜ਼ ਚੱਲਣ ਲਈ ਸੀ। ਉਸੇ ਜਗ੍ਹਾ 'ਤੇ ਮੌਜੂਦ ਹਾਂ ਅਤੇ ਲੇਕਿਨ ਇੱਧਰੋਂ ਬੱਦਲ ਬਹੁਤ ਜ਼ਿਆਦਾ ਆਇਆ ਵਾ, ਅਤੇ ਰਾਤੀ ਉਹ ਸਬਜ਼ੀ ਭਰ ਕੇ ਗਏ ਸੀਗੇ ਅਤੇ ਪਾਣੀ ਬਣਾ ਤਾ ਰਾਤੀ ਫਿਰ। ਅਤੇ ਅੱਜ ਵੀ ਕਣਕ ਹੀ ਗਾਉਣੀ ਆ ਆਪਾਂ, ਜੇ ਆਪਣੇ 14 ਵਾਲੇ ਨਾ ਗਾ ਕੇ ਆਉਣੀ, ਜਿਹੜਾ 14 ਜੀ ਜ਼ਮੀਨ ਆ ਨਾ ਆਪਣੇ ਤਾਏ ਚਾਚਿਆਂ ਦੀ, ਆਪਣੀ ਵੀ ਉੱਥੇ ਜਾ ਕੇ ਨਾ ਅੱਜ ਕਣਕ ਗਾ ਕੇ ਆਉਣੀ ਆ। ਅਤੇ ਚੈਨਲ 'ਤੇ ਜਿਹੜੇ ਵੀ ਦੋਸਤ ਨਵੇਂ, ਗੁਜ਼ਾਰਿਸ਼ ਹੈ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਬਾਕੀ ਬੱਦਲ ਦੀ ਸੂਰਤ ਹਾਲ ਬਹੁਤ ਖਰਾਬ ਆ ਅਤੇ ਇੱਧਰੋਂ ਸੂਰਜ ਨਿਕਲਿਆ ਵਾ, ਕਣਕਾਂ ਪੱਕੀਆਂ ਵਾ, ਬੱਦਲ ਹੀ ਬਹੁਤ। ਬਾਕੀ ਚੱਲਣੇ ਸਿੱਧਾ ਕਰਨੀ, ਚੈਨਲ ਦੇ ਜਿਹੜੇ ਦੋਸਤ ਨਵੇਂ, ਗੁਜ਼ਾਰਿਸ਼ ਹੈ ਸਬਸਕ੍ਰਾਈਬ ਕਰ ਲਿਓ। ਬਾਕੀ ਜੀ ਬਾਰਿਸ਼ ਸਟਾਰਟ ਹੋ ਗਈ ਆ, ਉੱਤੇ ਸੁਬਾਹ ਦਾ ਟਾਈਮ ਆ ਅਤੇ ਸੁਬਾਹ ਸੁਬਾਹ ਹੀ ਬਾਰਿਸ਼ ਨਾ ਬੱਦਲ ਬਹੁਤ ਆਇਆ ਵਾ, ਬਾਰਿਸ਼ ਸਟਾਰਟ ਹੋ ਗਿਆ। ਦੇਖੋ ਲੁੱਕ ਕੇ ਬੈਠਾ, ਚੱਲ ਆ ਨਹਾਟ ਕੇ ਚੱਲਦੇ ਹਾਂ, ਬਾਰਿਸ਼ ਹੋ ਗਏ ਪੈ ਰਹੀ ਹੈ। ਅੱਜ ਪੈ ਗਈ ਬਾਰਿਸ਼, ਫਿਰ ਕਣਕਾਂ ਕੁਣਕਾਂ ਨੇ ਗਾਹ ਹੋਣੀਆਂ ਹੈਗੀਆਂ, ਦੋ ਤਿੰਨ ਦਿਨ ਨਵੀਆਂ ਨੇ ਇੱਦਾਂ ਸੁੱਕਦੇ। ਰਾਤ ਨੂੰ ਤਾਂ ਰੋਜ਼ਾਨਾ ਹੀ ਮਾੜੀ ਚੰਗੀ ਪੈ ਜਾਂਦੀ, ਹੁਣ ਦਿਨ ਦਿਨ ਦੇਖੋ ਉਹ ਤੇਜ਼ ਹੋ ਗਈ ਇਹਨਾਂ ਲਾਈ। ਬਾਕੀ ਜੀ ਅੱਜ ਇਹਨਾਂ ਬੰਦਿਆਂ ਦੀ ਕਣਕ ਗਾਉਣ ਜਾਣੀ ਆ, ਇੱਧਰ ਨੂੰ ਦੇਖ ਯਾਰ। ਆਹੋ ਜੀ, ਇਹਨਾਂ ਨੇ ਅੱਜ ਸਾਡੀ ਕਣਕ ਗਾਉਣ ਕਰਨ ਜਾਣੀ ਆ ਤੇ ਹੈਂ ਚੱਲਣ ਡਈ ਆ ਵੀਡੀਓ। ਆਹ ਕਿਣੀਆਂ ਪੈ ਕੇ ਹਟੀਆਂ ਨੇ ਹੁਣ ਸਾਡੀ ਬਾਰੀ। ਓਏ ਉਹ ਕਿਹੜੀ ਹੈ ਵਿੱਚ ਹੀ, ਓਏ ਉਹ ਪੈ ਗਈ ਆ, ਉਹ ਕਿਹੜੀ ਹੈ ਨਹੀਂ ਉੱਚੀ ਯਾਰ। ਇਹਨਾਂ ਦੀ ਅੱਜ ਕਣਕ ਗਾਉਣੀ ਆ ਤੇ ਸਾਰੀ ਸਲਾਹੀ ਪਏ ਆ, ਆਹ ਦੇ ਪਗੜੀ ਬੰਨੀ ਤੁਰਨਦੇ ਆ ਸਲਾਹੀ ਪਏ। ਉਹ ਬੰਦਾ ਕਹਿੰਦਾ ਮੈਂ ਮਸ਼ੀਨ 'ਚ ਬਹਿ ਕੇ ਜਾਣਾ, ਮਸ਼ੀਨ 'ਚ ਬਹਿਣਾ ਨਾ ਉਹਨੇ। ਹਾਂ ਮੈਂ ਕਹਿੰਦਾ ਛੇਤੀ ਤੂੰ ਮੋਟਰਸਾਈਕਲ, ਤੂੰ ਯਾਰ ਮੋਟਰਸਾਈਕਲ ਤੇ ਪਹੁੰਚ ਛੇਤੀ, ਅਜਿਹਾ ਤੇਰਾ ਭਰਾ ਸਹੀ ਗੱਲ ਕਰਦਾ। ਓਏ ਬੈਕ ਕਰਾਓ, ਬੈਕ ਕਰਾਓ। ਕਬੂਤਰ ਦੇਖਣ ਦਿਆ, ਕਬੂਤਰ ਕਿੰਨੀ ਕਣਕ ਆ ਭਾਈ ਤੁਹਾਡੀ? 5 ਕਿੱਲੇ 5 ਕਿੱਲੇ ਸਵੇਰ ਤੋਂ ਲਾ ਕੇ ਸ਼ਾਮ ਤਿੰਨਾਂ ਘੰਟੇ। ਓ ਦੇਖੋ ਜੀ, ਕੱਲ ਜਿੱਥੇ ਲਾਈ ਸੀਗੀ ਉੱਥੇ ਤੂੜੀ ਦੀ ਧੜ ਬਣਾ ਰਹੇ ਆ, ਤੇ ਆ ਕਿੱਥੇ ਉਤਰਨਾ ਤੂੰ? ਓ ਅੱਗੇ ਤੁਹਾਡੀ ਦੁਕਾਨ ਦੇ ਕੋਲ ਜਾ ਕੇ ਲਾਉਂਦੇ ਆ। ਚੱਲ ਯਾਰ ਲਾਈਏ ਯਾਰ, ਟਰੈਕਟਰ ਜਿੱਥੇ ਰੁਕ ਗਿਆ ਉੱਥੇ ਤੈਨੂੰ ਲਾ ਦੇਣਾ। ਗੱਡੀ ਕਰਨੀ ਆ ਲਸਣ ਦੇ ਆਲੇ ਦੁਆਲੇ, ਲਸਣ ਇਹਨਾਂ ਦਾ ਲਸਣ ਯਾਰ, ਲਸਣ ਚੋਰ ਪੁੱਟ ਕੇ ਲੈ ਗਏ। ਬਾਕੀ ਜੀ ਆਹ ਦੇਖੋ ਖਲੋਤਾ ਸੱਠਾ ਰੈਪਰ ਪਾ ਕੇ ਦੇਖ, ਇੱਧਰ ਨੂੰ ਵੇਖ ਹਸਨੀ।
ਹੈਗੀਆਂ ਬਾਰਕੀਆਂ ਜਿਹਦੀ ਵਜ੍ਹਾ ਤੋਂ ਨਾ ਹਜੇ ਵੀ ਸਲਾਹ ਪਿਆ ਹੀ ਆ ਤੇ ਹਵਾ ਚੱਲਣ ਡਈ ਆ ਹਜੇ ਵੀ ਉਦਾਂ। ਖੈਰ ਸੂਰਜ ਤੋਂ ਨਿਕਲਿਆ, ਬੱਦਲ ਕਿਤੇ ਵੀ ਨਹੀਂ ਹੈਗਾ, ਆਸਮਾਨ ਕਲੀਅਰ ਹੋ ਗਿਆ ਤੇ ਲੇਕਿਨ ਜਿਹੜੀਆਂ ਭਰੀਆਂ ਨਾ ਥੋੜੀਆਂ ਥੋੜੀਆਂ ਹੀ ਗਿੱਲੀਆਂ ਜਿਹਦੀ ਵਜ੍ਹਾ ਤੋਂ ਨਾ ਥੋੜਾ ਮੁਸ਼ਕਿਲ ਹੋ ਰਹੀ ਆ ਗਾਉਣ 'ਚ। ਪਿੱਛੇ ਨੂੰ ਘੁਮਾਓ ਇੱਧਰ ਉੱਤੋਂ ਪੁਲੀ ਆ ਦੂਜੇ ਪਾਸੇ ਨੂੰ। ਕੀ ਹੋਇਆ, ਗਰਮ ਹੋ ਗਿਆ? ਉਹ ਜੀ ਕਣਕ ਗਾਹ ਹੋ ਗਈ ਸਾਰੀ ਤੇ ਹੁਣ ਟਰਾਲੇ ਤੇ ਲੋਡ ਕਰਕੇ ਤੇ ਲੈ ਜਾਣੀ ਘਰ ਨੂੰ। ਲੱਦੋ ਲੱਦੋ ਯਾਰ, ਬਲੌਗ ਬਣ ਗਿਆ ਤੁਹਾਡਾ, ਬੰਦੇ ਕੋਲ ਹਜੇ ਤੱਕ ਬੋਰੇ ਨੀ ਵੱਜੇ ਹੈਗੇ, ਛੇਤੀ ਕਰ ਯਾਰ। ਕੱਲਿਆਂ ਚੁੱਕ ਬੋਰਾ ਹੱਸਣੀ ਦੇਖੀ, ਕੱਲਾ ਚੁੱਕਦਾ ਰੱਖ ਕੇ ਤੇ ਮੁੰਡੇ ਦੇ ਬਾਕੀ ਹੁਣ ਚੱਲੇ ਹਾਂ ਜੀ ਘਰ ਨੂੰ ਲੈ ਕੇ, ਥੋੜੇ ਕੁ ਬੋਰੇ ਆ। ਚੜ ਜਾ ਨੱਠ ਕੇ। ਇੱਥੇ ਜੀ ਨੈਕਸਟ ਡੇ ਸਟਾਰਟ ਹੋ ਚੁੱਕਿਆ ਅਗਲਾ ਦਿਨ। ਕੱਲ੍ਹ ਮੈਂ ਵਲੋਗ ਨਹੀਂ ਸੀ ਬਣਾਇਆ ਆਪਣੇ ਤਾਏ ਹੁਣ ਦੀ ਕਣਕ ਗਾਹ ਕੇ ਉੱਥੋਂ ਆ ਗਏ ਸੀ ਉਸੇ ਟਾਈਮ ਅਤੇ ਹੁਣ ਚੱਲੇ ਹਾਂ ਤਿਲੀ ਬੀਜਣ, ਚੱਲੇ ਹਾਂ ਹੱਲਾ ਪਾ ਕੇ। ਫੱਟੀ ਆਪਾਂ ਕੱਢ ਤੀ, ਟਾਪ ਲੈਂਕ ਪਾ ਲਈ ਆ, ਬਾਅਦ 'ਚ ਕਣਕ ਦੋ ਮਿਲਣਾ, ਲੇਕਿਨ ਹੁਣ ਆਪਾਂ ਜਿੱਥੇ ਕਣਕ ਗਾਈ ਸੀਗੀ ਨਾ ਸਭ ਤੋਂ ਪਹਿਲਾਂ ਉੱਥੇ ਜਾ ਕੇ ਤਿਲੀ ਬੀਜਣੀ। ਉਹਨਾਂ ਨੂੰ ਕੀ ਕਰਤਾ ਭਿਜਿਆ ਕੁੱਕੜਾਂ ਨੂੰ, ਚਲੋ ਜੀ ਹੁਣ ਚੱਲੇ ਹਾਂ ਜਾ ਕੇ ਬਾਹਰ ਦੇ ਤਿਲੀ ਬੀਜਣੀ। ਕਿੰਨਾ ਪੈ ਗਿਆ ਵੀ ਆਪਾਂ ਰੱਖ ਲਿਆ ਸਾਰਾ ਕੁਛ, ਚਲਾ ਚਲੀਏ। ਬਾਕੀ ਜੀ ਅੱਜ ਹੁਣ ਬਾਹਣਾ ਵਾ, ਤਿੰਨ ਪੈਲੀਆਂ ਬੀਜਣੀਆਂ ਵਾ ਆਪਾਂ, ਕਦਨ ਨੂੰ ਨਾਲ ਲਿਆਂਦਾ ਵਾ, ਤੁਹਾਡੇ ਦੇ ਬੈਠੂਗਾ ਨਾਲ ਚਾਚਾ ਫੀਜਾ ਵਾ, ਤੇ ਵਾਹ ਬੂ ਕੇ ਤੇ ਤਿੰਨ ਪੈਲੀਆਂ ਬੀਜ ਕੇ ਤੇ ਫਿਰ ਚੱਲਦੇ ਸੀ ਦੱਸ।
ਇੱਧਰ ਵਾਲੇ ਜੇ ਸਫਾ ਪਾ ਲਿਆ ਵਾ ਦੋ ਪੈਲੀਆਂ, ਇੱਧਰ ਵਾਲੀ ਪੈਲੀ ਰਹਿੰਦੀ ਆ, ਇਹ 'ਚ ਵੀ ਬਹੁਤ ਨੇ ਆ। ਹੁਣ ਇੱਕ ਵਾਰੀ ਹੁਣ ਕੁੜੀ ਦਾ ਚਿੱਟਾ ਵਗੈਰਾ ਦੇ ਕੇ ਅਤੇ ਫਿਰ ਉੱਤੋਂ ਇੱਕ ਸੀ ਲਾ ਦਿੰਦੇ। ਉਹ ਜੀ ਸਾਰਾ ਵਾਹ ਦਿੱਤਾ ਵਾ, ਇੱਧਰ ਵਾਲੇ ਵੀ ਜਗ੍ਹਾ ਵਾਹਤੀ ਆ ਵੀ ਵਾਹਤੀ, ਅਤੇ ਉਹ ਵਾਲਾ ਸਾਹਮਣੇ ਇੱਕ ਵੀਘਾ ਸੀਗਾ ਉਹ ਵੀ ਵਾਹਤਾ ਵਾ, ਜਿਹੜੀ ਤਿੰਨ ਪੈਲੀਆਂ ਵਾਹ ਹੋ ਗਈਆਂ ਵਾ। ਹੁਣ ਛੱਟਾ ਦੇਣੇ ਆ ਇੱਥੇ, ਉਹ ਸਾਹਮਣੇ ਦੇਖੋ ਤੁਸੀਂ ਛੱਟਾ ਦੇ ਕੇ ਤੀਲੀ ਦਾ, ਫਿਰ ਉੱਥੋਂ ਵਾਹ ਦੇਣਾ, ਵਾਹ ਕੇ ਅਤੇ ਫਿਰ ਚੱਲ ਜਾਣਾ ਘਰ ਨੂੰ, ਜਾ ਕੇ ਕਣਕ ਗਾਉਣੀ ਇੱਕ ਬੰਦੇ ਦੀ। ਬਾਕੀ ਜੀ ਇੱਥੇ ਆਪਣਾ ਤਕਰੀਬਨ ਸਾਰਾ ਕੰਮ ਹੋ ਗਿਆ ਵਾ, ਵਾਹ ਹੋ ਗਿਆ ਵਾ, ਜਿਹੜੀ ਵੀ ਤਿਲੀ ਬੀਜਣੀ ਸੀ ਬੀਜ ਦਿੱਤੀ ਆ, ਬਸ ਉਹ ਇੱਕ ਵੀਘਾ ਰਹਿ ਗਿਆ ਸਾਹਮਣੇ, ਉਹ 'ਚ ਵੀ ਹੁਣ ਬਹੁਤ ਡੇ ਆ, ਬਾਅਦ ਕੰਮ ਫਿਨਿਸ਼ ਵਿੱਚ ਚੱਲ ਜਾਣਾ ਸਿੱਧਾ ਕੰਮ। ਬਾਕੀ ਗਰਮੀ ਅੱਜ ਬਹੁਤ ਜ਼ਿਆਦਾ ਵਾ, ਹੁਣ ਜਾ ਕੇ ਥ੍ਰੈਸ਼ਰ ਵੀ ਲਾਉਣੀ ਆ। ਬਾਕੀ ਜੀ ਬਾਹ ਬੁੱਕੇ ਤਾਂ ਆਪਾਂ ਆ ਗਏ ਸੀਗੇ, ਅਤੇ ਇੱਧਰੋਂ ਹੁਣ ਬੱਦਲ ਬਹੁਤ ਚੜਿਆ ਵਾ, ਅਤੇ ਟਰੈਕਟਰ ਦੀ ਹਾਲਤ ਦੇਖੋ ਕਿੱਦਾਂ ਦੀ ਹੋਈ ਹੈ ਸਾਰੀ। ਆਹ ਦੇਖੋ ਇੱਥੋਂ ਹੱਡ ਦੇ ਲਾਗਿਓ ਜਾ ਕੇ
ਬਹੁਤ ਗੰਦਾ ਹੋਇਆ ਟਰੈਕਟਰ। ਤੇ ਆਪਾਂ ਜਿੱਦਣ ਥਰੈਸ਼ਰ ਦਾ ਸੀਜ਼ਨ ਖਤਮ ਹੋ ਗਿਆ ਉਦਣ ਹੀ ਜਾ ਕੇ ਨਾ ਧਵਾ ਕੇ ਲਿਆਉਣਾ ਅੱਛੇ ਤਰੀਕੇ ਦੇ ਨਾਲ ਇਹਦੀ ਸਰਵਿਸ ਕਰਾਉਣੀ ਆ। ਤੇ ਇਧਰੋਂ ਬੱਦਲ ਬਹੁਤ ਚੜਿਆ ਵਾ, ਦੇਖਦੇ ਜੇ ਬਾਰਿਸ਼ ਨਾ ਪਈ ਤੇ ਨਿਕਲਦੇ ਆ। ਡੇਢ ਦੋ ਪੈਲੀਆਂ ਕਣਕ ਦੀਆਂ ਗਾਹ ਕੇ ਆਉਣੀਆਂ ਵਾ, ਉਹ ਬੰਦੇ ਨਹੀਂ ਅਜੇ ਆਏ ਹੈਗੇ ਜਿਹਨਾਂ ਦੀ ਆ ਕਣਕ ਗਾਹ ਕੇ ਆਉਣੀ, ਇਸ ਵਿੱਚ ਉਹਨੇ ਇੰਤਜ਼ਾਰ ਕਰਨ। ਬੱਦਲ ਆ ਗਿਆ, ਚਲੋ ਘਰ ਵੜ ਜਾ। ਮੈਂ ਕਹਿੰਦਾ ਬੱਦਲ ਆ ਗਿਆ, ਤੁਸੀਂ ਇੱਥੇ ਬੈਠੇ ਆ, ਗੋਹ ਜਾਣਾ ਨੀ ਅੱਜ ਕਣਕ? ਕਣੀਆਂ ਦੇ ਹਜੇ ਚਾਰ ਪੰਜ ਹੀ ਆਈਆਂ ਵਾ, ਤੁਸੀਂ ਪਹਿਲਾਂ ਹੀ ਡਰ ਗਏ ਆ। ਚੋਲਾਂ ਦੀਆਂ ਕਣੀਆਂ ਭਾਵੇਂ ਸਮਝੀ ਜਾਣ, ਯਾਰ ਆਉਣ ਡੇ ਵੀਡੀਓ ਚ ਨਜ਼ਰ ਆ ਰਹੀ ਆ ਕਾਲਾ ਸ਼ਿਆ। ਯਾਰ ਬੱਦਲ ਕਦੀ ਜਾਂਦਾ ਵਾ ਤੇ ਕਦੀ ਆਉਂਦਾ ਵਾ, ਫੇਰ ਹੁਣ ਇੰਨਾ ਬੱਦਲ ਇਧਰੋਂ ਆ ਗਿਆ, ਅੱਗੇ ਇਧਰਲੀ ਸਾਈਡ ਤੇ ਸੀਗਾ ਹੁਣ ਇਧਰੋਂ ਆ ਗਿਆ। ਉਹ ਬੱਦਲ ਫੇਰ ਚੜ ਆਇਆ ਜੀ, ਮੈਨੂੰ ਲੱਗਦਾ ਅੱਜ ਗਾਉਣ ਕੋਈ ਨੀ ਜਾ ਹੋਣਾ, ਰੈਸਟ ਨੀ ਨਾ ਵੱਜਣੀ। ਚਲੋ ਉੱਠੋ, ਲਿਆ ਮਸ਼ੀਨ, ਮਸ਼ੀਨ ਆ ਖਲੋਤੀ ਆ। ਤੂੰ ਕੀ ਕਰਨ ਡਿਆ? ਬਸ ਠੀਕ ਆ, ਆ ਇੱਥੇ ਬਹਿ ਗਿਆ ਜੀ ਆਪਣਾ ਵਲੋਗ ਦੇਖਣ ਡਿਆ। ਬਾਕੀ ਜੀ ਡੇਰੇ ਇੱਥੇ ਮਰੱਬੇ ਪਹੁੰਚ ਗਏ, ਇੱਥੇ ਤਿਲੀ ਬੀਚ ਕੇ ਗਏ ਅੱਜ, ਦੇਖਿਆ ਹੋਣਾ ਦੁਪਹਿਰੇ, ਲੇਕਿਨ ਉਦੋਂ ਬਹੁਤ ਗਰਮੀ ਰਹੀ ਜਿੰਨਾ ਚਿਰ ਇੱਥੇ ਕੰਮ ਕਰਦੇ ਰਹੇ ਹਾਂ, ਨਾਲ ਹੀ ਘਰ ਗਏ ਆ, ਕਣਕ ਗਾਉਣ ਦੇ ਨਾਲ ਹੀ ਇੱਦਾਂ ਦਾ ਮੌਸਮ ਹੋ ਗਿਆ। ਚੰਗਾ ਨਾ ਨੇਰੀ ਤੂਫਾਨ ਵਾਲਾ ਬੱਦਲ ਆ, ਜਿੰਨਾ ਚਿਰ ਕੰਮ ਕਰਦਾ ਰਹੇ ਇੱਥੇ ਤਿਲੀ ਬੀਜਦੇ ਰਹੇ ਉਨਾ ਚਿਰ ਕੁਛ ਵੀ ਨੀ, ਤੇ ਜਦੋਂ ਕਣਕ ਗਾਉਣਗੇ ਉਦੋਂ ਬੱਦਲ ਆ ਗਿਆ। ਯਾਰ ਇੱਥੇ ਮੌਸਮ ਹੋਇਆ ਵਾ ਬਹੁਤ ਜ਼ਿਆਦਾ ਖਰਾਬ, ਤੇ ਕਣਕਾਂ ਆਪਣੀਆਂ ਵੱਡੀਆਂ ਪਈਆਂ ਵਾ, ਤੇ ਬੱਦਲ ਸਾਰੀ ਦਿਹਾੜੀ ਕਦੀ ਆਉਂਦਾ ਕਦੀ ਜਾਂਦਾ ਵਾ। ਇੱਧਰ ਆਪਣੀ ਸਾਰੀ ਹਜੇ ਕਣਕ ਪਈ ਆ ਵੱਢਣ ਵਾਲੀ, ਇੱਧਰ ਵੀ ਹਜੇ, ਅਤੇ ਉਹ ਇਹ ਸਾਹਮਣੇ ਵੱਡੀ ਪਈ ਆ ਜਿਹੜੀ ਹਜੇ ਗੋਹਣੀ ਸੀਗੀ, ਲੇਕਿਨ ਬੱਦਲ ਬਹੁਤ ਜ਼ਿਆਦਾ ਆਏ ਆ। ਸੁਬਹਾ ਵੀ ਬਾਰਿਸ਼ ਹੋ ਕੇ ਹਟੀ ਸੀਗੀ ਥੋੜ੍ਹੀ ਕੁ, ਲੇਕਿਨ ਥੋੜ੍ਹਾ ਕੁ ਨਾ ਠੀਕ ਹੋ ਗਿਆ ਸੀ ਕੰਮ, ਥੋੜ੍ਹਾ ਹੀ ਬਾਰਿਸ਼ ਆਈ ਸੀਗੀ, ਅਤੇ ਬਾਕੀ ਦੀ ਹੁਣ ਦੀ ਸੂਰਤ ਹਾਲ ਦੇਖੋ। ਬਾਕੀ ਜੀ ਬਾਰਿਸ਼ ਸਟਾਰਟ ਹੋ ਗਈ ਆ ਕਾਫੀ ਤੇਜ਼, ਦੇਖ ਸਕਦੇ ਹੋ ਤੁਸੀਂ ਮਈਓ ਇੱਧਰ ਦੇਖ ਯਾਰ ਬਾਰਿਸ਼ ਆ ਗਈ ਕੁਛ ਕਰ। ਬਾਕੀ ਜੀ ਬਾਰਿਸ਼ ਹਟ ਹਟ ਕੇ ਜਾਰੀ ਹੁੰਦੀ ਆ, ਹੁਣ ਫੇਰ ਸ਼ੁਰੂ ਆ ਬਾਰਿਸ਼, ਅੱਗੇ ਆਈ ਸੀਗੀ ਲੇਕਿਨ ਰੁਕ ਗਈ ਸੀਗੀ, ਹੁਣ ਫੇਰ ਦੁਬਾਰਾ ਕਿੰਨ ਮਿੰਟ ਬਾਅਦ ਸ਼ੁਰੂ ਹੋ ਗਈ ਆ।